ਅਨਾਊਂਸਮੈਂਟ ਜ਼ਰੂਰੀ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਅਕਾਲ ਤਖ਼ਤ ਸਾਹਿਬ ਵੱਲੋਂ ਵੀ ਤੇ ਹੋਰ ਤਖ਼ਤ ਸਾਹਿਬ ਵੱਲੋਂ ਵੀ ਬੇਨਤੀ ਹੈ। 12 ਤੇ 13 ਅੱਜ 11 12-13 ਹੀ ਹੈ, 12 ਤੇ 13 ਅਪ੍ਰੈਲ ਨੂੰ ਸਾਰੀਆਂ ਸੰਗਤਾਂ ਨੇ, ਗੁਰਸਿੱਖਾਂ ਨੇ ਕੇਸਰੀ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਲਾਉਣੇ ਨੇ ਵਿਸਾਖੀ ਦੀ ਖੁਸ਼ੀ ਵਿੱਚ। ਇਹ ਹੁਣ ਬਾਜ਼ਾਰੋਂ ਆਪੇ ਹੀ ਲੈ ਲੈਣਾ, ਇਹ ਤੁਹਾਡੀ ਆਪੇ ਡਿਊਟੀ ਹੈ। ਜੇ ਕਿਤੇ ਨਾ ਲੱਭਣ ਤੇ ਬਾਬਾ ਨੋਹ ਸਿੰਘ ਦੇ ਅਸਥਾਨ ਤੇ, ਉਹ ਬੜੇ ਪ੍ਰੇਮੀ ਉਹ ਹਲਕੀ ਜੀ ਭੇਟਾ ਹਾਜ਼ਰੀ ਲਾਉਂਦੇ ਆ। ਤੇ ਇਹ ਕਿਉਂ ਅਨਾਊਂਸਮੈਂਟ ਕੀਤੀ ਗਈ ਹੈ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਕਿ ਵਿਸਾਖੀ ਵਾਲੇ ਦਿਨ ਪਤਾ ਲੱਗੇ, ਸੁਣਿਆ ਮਿਲੇ ਇਹ ਗੁਰੂ ਦੇ ਖਾਲਸੇ ਦਾ ਘਰ ਹੈ, ਗੁਰੂ ਦੇ ਸਿੱਖ ਦਾ ਘਰ ਹੈ, ਜਕਾਰਾ ਦਿਓ ਪਿਆਰ ਦੇ।